ਹਾਂਜੀ, ਸਤਿ ਸ਼੍ਰੀ ਅਕਾਲ ਦੋਸਤੋ। ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ। ਕੇਂਦਰ ਸਰਕਾਰ ਹਰ ਮਹੀਨੇ ਲੋਕਾਂ ਨੂੰ ਦੇਵੇਗੀ 1800 ਰੁਪਏ, ਜਲਦੀ ਇੰਜ ਕਰੋ ਅਪਲਾਈ। ਤਾਜ਼ਾ ਵੱਡੀ ਖਬਰ, ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਅਤੇ ਵੀਡੀਓ ਨੂੰ ਅੱਧ ਤੋਂ ਲਾਈਕ ਐਂਡ ਸ਼ੇਅਰ ਵੀ ਕਰ ਦੇਣਾ। ਕੇਂਦਰ ਸਰਕਾਰ ਨੇ ਦੇਸ਼ ਦੇ ਗਰੀਬਾਂ ਕਿਸਾਨਾਂ ਅਤੇ ਲੋੜਵੰਦਾਂ ਲਈ ਕਈ ਵਿਸ਼ੇਸ਼ ਯੋਜਨਾਵਾਂ ਸ਼ੁਰੂ ਕੀਤੀਆਂ ਨੇ, ਜਿਨ੍ਹਾਂ ਦਾ ਲਾਭ ਸਾਰਿਆਂ ਨੂੰ ਦਿੱਤਾ ਜਾ ਰਿਹਾ ਹੈ। ਇਸ ਦੌਰਾਨ ਸੋਸ਼ਲ ਮੀਡੀਆ 'ਤੇ ਇੱਕ ਸੰਦੇਸ਼ ਤੇਜ਼ੀ ਨਾਲ ਫੈਲ ਰਿਹਾ, ਜਿਸ 'ਚ ਵਾਅਦਾ ਕੀਤਾ ਜਾ ਰਿਹਾ ਕੇਂਦਰ ਸਰਕਾਰ 18 ਤੋਂ 40 ਸਾਲ ਦੀ ਉਮਰ ਦੇ ਸਾਰੇ ਲੋਕਾਂ ਨੂੰ 1800 ਰੁਪਏ ਪ੍ਰਤੀ ਮਹੀਨਾ ਦੇਵੇਗੀ। ਜੇਕਰ ਤੁਸੀਂ 18 ਤੋਂ 40 ਸਾਲ ਦੇ ਹੋ ਤਾਂ ਇਹ ਪੈਸੇ ਤੁਹਾਡੇ ਹਰ ਮਹੀਨੇ ਖਾਤੇ 'ਤੇ ਟ੍ਰਾਂਸਫਰ ਕੀਤੇ ਜਾਣਗੇ, ਹਰ ਮਹੀਨੇ ਮਿਲਣਗੇ 1800 ਰੁਪਏ। ਤੁਹਾਨੂੰ ਦੱਸ ਦਈਏ ਕਿ ਕੇਂਦਰ ਸਰਕਾਰ ਵੱਲੋਂ ਕਈ ਯੋਜਨਾਵਾਂ ਚਲਾਈਆਂ ਜਾ ਰਹੀਆਂ ਨੇ, ਜਿਸ ਵਿੱਚ ਲੋੜਵੰਦਾਂ ਨੂੰ ਵਿੱਤੀ ਸਹਾਇਤਾ ਵੀ ਦਿੱਤੀ ਜਾ ਰਹੀ ਹੈ। ਅੱਜ ਅਸੀਂ ਇੱਕ ਅਜਿਹੀ ਮੈਸੇਜ ਬਾਰੇ ਦੱਸਾਂਗੇ ਜਿੱਥੇ ਸਾਰਿਆਂ ਨੂੰ ਹਰ ਮਹੀਨੇ 1800 ਰੁਪਏ ਦਿੱਤੇ ਜਾ ਰਹੇ ਨੇ। ਇਹ ਵਾਇਲ ਮੈਸੇਜ ਦੀ ਸੱਚਾਈ ਬਾਰੇ PIEB ਨੂੰ ਪਤਾ ਲੱਗਾ ਹੈ। PIEB ਨੇ ਟਵੀਟ ਕੀਤਾ ਹੈ, ਜਦੋਂ PIEB ਨੇ ਇਸ ਵਾਇਲ ਮੈਸੇਜ ਦੀ ਜਾਂਚ ਕੀਤੀ ਤਾਂ ਇਸ ਦੀ ਸੱਚਾਈ ਸਾਹਮਣੇ ਆਈ। PIEB ਆਪਣੇ ਅਧਿਕਾਰਿਤ ਟਵਿੱਟਰ ਹੈਂਡਲ 'ਤੇ ਟਵੀਟ ਕਰਕੇ ਸੰਦੇਸ਼ ਜਾਰੀ ਕੀਤਾ ਹੈ। PIEB ਨੇ ਟਵਿੱਟਰ 'ਚ ਲਿਖਿਆ ਕਿ ਤਾਂ ਪੂਰੀ ਤਰ੍ਹਾਂ ਫਰਜ਼ੀ ਹੈ, ਸਰਕਾਰ ਨੇ ਇਸ ਸਕੀਮ ਦੇ ਵਿੱਚ ਅਜਿਹਾ ਕੋਈ ਬਦਲਾਵ ਨਹੀਂ ਕੀਤਾ। ਖਬਰ ਲਾਸਟ ਦੇਖਣ ਲਈ